ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਬੇਅਦਬੀ ਮਾਮਲੇ ਵਿੱਚ ਸਰਕਾਰ ਵੱਲੋਂ ਬਣਾਈ ਨਵੀਂ ਜਾਂਚ ਟੀਮ ਵੱਲੋਂ ਹਾਲ ਹੀ ਵਿੱਚ ਪੇਸ਼ ਕੀਤੇ ਗਏ ਚਲਾਨ 'ਤੇ ਇਤਰਾਜ਼ ਕਰਦਿਆਂ ਦੋਸ਼ ਲਾਇਆ ਹੈ ਕਿ ਇਸ ਵਿੱਚੋਂ ਡੇਰਾ ਸਿਰਸਾ ਦੇ ਮੁਖੀ ਦਾ ਨਾਮ ਬਾਹਰ ਕੱਢ ਦਿੱਤਾ ਗਿਆ ਹੈ। ਅੱਜ ਅਕਾਲ ਤਖਤ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਹੈ ਕਿ FIR ਨੰਬਰ 63 ਵਿੱਚ ਡੇਰਾ ਸਿਰਸਾ ਦੇ ਮੁਖੀ ਦਾ ਨਾਂ ਸ਼ਾਮਲ ਸੀ। ਇਹ ਨਾਂ ਡੇਰਾ ਸਮਰਥਕ ਮਹਿੰਦਰ ਸਿੰਘ ਬਿੱਟੂ ਵੱਲੋਂ ਦਿੱਤੇ ਗਏ ਬਿਆਨਾਂ 'ਤੇ ਸ਼ਾਮਲ ਕੀਤਾ ਗਿਆ ਸੀ, ਪਰ ਨਵੀਂ ਬਣੀ ਜਾਂਚ ਟੀਮ ਨੇ ਪਰਸੋਂ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿੱਚੋਂ ਡੇਰਾ ਸਿਰਸਾ ਦੇ ਮੁਖੀ ਦਾ ਨਾਮ ਬਾਹਰ ਕੱਢ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਡੇਰਾ ਸਿਰਸਾ ਦੇ ਮੁਖੀ ਜੋ ਇਸ ਵੇਲੇ ਹਰਿਆਣਾ ਦੀ ਜੇਲ੍ਹ ਵਿੱਚ ਬੰਦ ਹੈ ਨੂੰ ਪੰਜਾਬ ਵਿੱਚ ਲਿਆ ਕੇ ਪੁੱਛ ਪੜਤਾਲ ਕੀਤੀ ਜਾਣੀ ਚਾਹੀਦੀ ਸੀ, ਪਰ ਹੁਣ ਉਸਦਾ ਨਾਮ ਹੀ ਮੈਨੂੰ ਜਾਪਦਾ ਹੈ ਕਿ ਇਹ 2022 ਦਾ ਜਿਹੜਾ ਇਲੈਕਸ਼ਨ ਹੈ ਉਹਦੇ ਵਿੱਚ ਹੀ ਮਾਈਲੇਜ ਲੈਣ ਦਾ ਜਿਹੜਾ ਹੈ ਇੱਕ ਤਰੀਕਾ ਹੈਗਾ, ਕਿਉਂਕਿ ਉਹ ਡੇਰੇ ਦਾ ਇੱਕ ਵੋਟ ਬੈਂਕ ਹੈਗਾ। ਉਸ ਵੋਟ ਬੈਂਕ ਦੇ ਉੱਤੇ ਸਾਰੀਆਂ ਪਾਰਟੀਆਂ ਦੀ ਨਜ਼ਰ ਹੈਗੀ ਹੈ ਅਤੇ ਸਾਰੀਆਂ ਪਾਰਟੀਆਂ ਉਸ ਵੋਟ ਬੈਂਕ ਨੂੰ ਕੈਸ਼ ਕਰਨਾ ਚਾਹੁੰਦੀਆਂ। ਪਰ ਮੈਂ ਸਿੱਖਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਿਹੜਾ ਵੀ ਬੰਦਾ ਇਹ ਵੋਟ ਬੈਂਕ ਦੇ ਲਾਲਚ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਘਟੀਆ ਸਿਆਸਤ ਕਰਦਾ ਉਹਦਾ ਉਹਦੀ ਮੁਖਾਲਫਤ ਜ਼ਰੂਰ ਕਰਨਾ। ਬਿਲਕੁਲ, ਜਿੰਨੀਆਂ ਜਾਂਚਾਂ ਹੋਈਆਂ, ਸੈੱਟ ਬਣੀਆਂ, ਸਾਰਾ ਕੁਛ ਹੋਇਆ, ਸਭ ਨੇ ਹੀ ਜਿਹੜਾ ਹੈ ਸਾਨੂੰ ਤਾਂ ਸਭ 'ਚੋਂ ਸਿਆਸਤ ਨਜ਼ਰ ਆਈ ਹੈ। ਕੋਈ ਸੱਚ ਤਾਂ ਸਾਨੂੰ ਕਿਤੇ ਲੱਭਿਆ ਨਹੀਂ, ਦਿਸਿਆ ਨਹੀਂ ਹੈ। ਅਤੇ ਇਹ ਕੀ ਮੰਦਭਾਗੀ ਗੱਲ ਹੈ ਕਿ ਚੁੱਪਚਾਪ ਜਾ ਕੇ ਜਿਹੜਾ ਕੱਲ੍ਹ ਉਹਦਾ ਚਲਾਨ ਪੇਸ਼ ਕੀਤਾ ਜਾਂਦਾ ਅਤੇ ਉਹਦਾ ਨਾਂ ਹੀ ਗਾਇਬ ਕਰ ਦਿੱਤਾ ਜਾਂਦਾ ਸੌਦੇ ਸਾਧ ਦਾ। ਫਿਰ ਜੇ ਨਾ ਉਹ ਸ਼ਾਮਲ ਨਹੀਂ ਸੀ, ਫਿਰ ਧਾਰਾ ਜਿਹੜੀ 63 ਨੰਬਰ FIR ਹੈ ਉਹਦੇ ਵਿੱਚ ਦਰਜ ਹੋਇਆ ਸੀ ਮਹਿੰਦਰਪਾਲ ਬਿੱਟੂ ਦੇ ਜਿਹੜਾ ਬਿਆਨਾਂ ਦੇ ਆਧਾਰ ਦੇ ਉੱਤੇ ਨਾਂ ਜਿਹੜਾ ਇਹਦਾ ਦਰਜ ਹੋਇਆ ਸੀਗਾ। ਅਤੇ ਇਹਨੂੰ ਚੁੱਪ ਚਪੀ ਅਤੇ ਬਾਹਰ ਕੱਢਣ ਦਾ ਕਾਰਨ ਤਾਂ ਦੱਸਿਆ ਜਾਵੇ, ਸੈੱਟ ਦੱਸੇ ਤਾਂ ਸਹੀ ਕਿ ਇਹਦਾ ਨਾਂ ਅਸੀਂ ਕਿਉਂ ਕੱਢਿਆ ਬਾਹਰ। ਜਨਤਕ ਕਰੇ ਇਸ ਗੱਲ ਨੂੰ ਕਿ ਇਹ ਸੌਦੇ ਸਾਧ ਦਾ ਨਾਂ ਜਿਹੜਾ 128 ਨੰਬਰ FIR ਦੇ ਵਿੱਚੋਂ ਚਲਾਨ ਪੇਸ਼ ਕਰਦੇ ਵਕਤ ਬਾਹਰ ਕੱਢਿਆ, ਉਹ ਕਿਉਂ ਕੱਢਿਆ ਗਿਆ ਇਹ ਦੱਸਣਾ ਚਾਹੀਦਾ ਸੈੱਟ ਨੂੰ। ਇਹ ਮੰਦਭਾਗੀ ਗੱਲ ਹੈ ਸਾਡੇ ਵਾਸਤੇ। ਉਹਨਾਂ ਇਸ ਮੌਕੇ ਇਹ ਵੀ ਖੁਲਾਸਾ ਕੀਤਾ ਹੈ ਕਿ ਸਾਲ 2015 ਵਿੱਚ ਜਦੋਂ ਇਹ ਘਟਨਾਵਾਂ ਹੋਈਆਂ ਸਨ ਉਹ ਖੁਦ ਉਸ ਵੇਲੇ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਮੁੱਖ ਗ੍ਰੰਥੀ ਸਨ, ਜਿੱਥੇ ਬੇਅਦਬੀ ਕੀਤੇ ਗਏ ਅੰਗਾਂ ਦੀ ਸਪੁਰਦਗੀ ਉਹਨਾਂ ਦੇ ਹਾਸਲ ਕੀਤੀ ਸੀ। ਉਹਨਾਂ ਦੋਸ਼ ਲਾਇਆ ਕਿ ਹੁਣ ਤੱਕ ਇਸ ਮਾਮਲੇ ਬਾਰੇ ਜਿੰਨੀਆਂ ਵੀ ਜਾਂਚ ਟੀਮਾਂ ਬਣੀਆਂ ਹਨ ਉਹਨਾਂ ਨੇ ਸਿੱਖਾਂ ਨੂੰ ਨਿਆਂ ਨਹੀਂ ਦਿੱਤਾ ਹੈ, ਸਗੋਂ ਇਹ ਜਾਂਚ ਸਿਆਸਤ ਤੋਂ ਪ੍ਰੇਰਿਤ ਹੀ ਰਹੀ ਹੈ। ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਧਿਆਨ ਚੰਦ ਦੀ ਰਿਪੋਰਟ, ਪੰਜਾਬ ਟੁਡੇ।